ਵਾਹਿਗੁਰੂ ਜੀ, ਇੱਕ ਪੁੱਛਣਾ ਸੀਗਾ ਕਿ ਇਹ ਪੰਜ ਚੋਰ ਕਿੱਥੇ ਰਹਿੰਦੇ ਆ? ਪੰਜ ਚੋਰ ਧਾਤ ਦੇ ਰਸਤੇ ਤੇ ਰਹਿੰਦੇ ਆ। ਅੱਛਾ ਅੱਛਾ, ਆਪਾਂ ਧਾਤ ਦੇ ਰਸਤੇ ਤੇ ਰਹਿੰਦੇ ਆ, ਹਾਂਜੀ ਮਾਮਾ। ਤੇ ਇਹ ਕਿੱਥੇ ਨੇ ਪੰਜ ਚੋਰ? ਉਦਾਂ ਹੋਰ ਕਿੱਥੇ ਰਹਿੰਦੇ? ਵਾਹਿਗੁਰੂ ਜੀ ਕੀ ਦੱਸਦੇ ਕਿੱਥੇ ਰਹਿੰਦੇ ਆ? ਵਾਹਿਗੁਰੂ ਜੀ ਦੱਸਦੇ ਆ, ਇੰਦਰ ਦੇ ਹੀ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੈ ਹਾਲਾ, ਇਮਤ ਰੂਤੇ ਮਮ ਖਨਾ ਬੁਝੇ, ਕੋਈ ਨਾ ਸੁਨੇ ਪੁਕਾਰਾ। ਵਾਹਿਗੁਰੂ ਵਾਹਿਗੁਰੂ, ਸਾਡਾ ਅੰਮ੍ਰਿਤ ਰਸ ਲੁੱਟਦੇ ਆ। ਹਾਂਜੀ ਮਾਮਾ। ਇਹ ਅੰਮ੍ਰਿਤ ਰਸ ਕਿੱਥੇ ਰੱਖਿਆ ਵਾਹਿਗੁਰੂ ਜੀ ਨੇ? ਅੰਮ੍ਰਿਤ ਰਸ ਦਸਲੇ ਦਵਾਰ ਵਿੱਚ ਇੱਥੇ ਲਿਖਿਆ ਹੈ। ਅੱਛਾ, ਖੁੰਟਾ ਭਰ ਕੇ ਰੱਖਿਆ ਵਾ। ਹਾਂਜੀ ਮਾਤਾ ਜੀ। ਤੇ ਗੁਰਬਾਣੀ ਗੁਰੂ ਅੰਮ੍ਰਿਤ ਰਸ ਬਾਰੇ ਕੀ ਕਹਿੰਦੇ ਆ? ਕਹਿੰਦੇ ਆ ਕਿ ਨਾਮ ਜਪ ਜਪ ਕੇ ਤੇ ਤੁਸੀਂ ਅੰਮ੍ਰਿਤ ਰਸ ਜਪ ਜਪ ਕਰ ਕਰ ਕੇ ਅੰਮ੍ਰਿਤ ਰਸ ਵਿੱਚੋਂ ਕੱਢ ਲਓ ਤੇ ਅੰਮ੍ਰਿਤ ਰਸ ਪੀ ਲਓ। ਕੀ ਕਹਿੰਦੇ? ਅੰਤਰ ਖੂੰਟਾ ਅੰਮ੍ਰਿਤ ਖੂੰਟਾ ਅੰਮ੍ਰਿਤ ਫੈਲਿਆ, ਸਭਰੇ ਕਾਦ ਪੀਏ ਪਨਹਾਰੇ। ਸਤ ਬਚਨ ਵਾਹਿਗੁਰੂ ਜੀ। ਵਾਹਿਗੁਰੂ ਜੀ ਦਾ ਕੋਈ ਲੰਗ ਵੀ ਨਹੀਂ ਹੈਗਾ। ਵਾਹਿਗੁਰੂ ਜੀ ਤਾਂ ਸੁਖ ਲੈਂਦੇ ਆ ਜੇ ਅਸੀਂ ਜਪ ਕਰਾਂਗੇ, ਮਨ ਦੀਆਂ ਅੱਖਾਂ ਖੋਲਾਂਗੇ ਅੰਦਰੋਂ, ਮਨ ਦੀਆਂ ਅੱਖਾਂ ਜੇ ਮਨ ਦੀਆਂ ਅੱਖਾਂ ਸਾਡੀਆਂ ਖੋਲਾਂਗੀਆਂ, ਵਾਹਿਗੁਰੂ ਜੀ ਦੇਖਣਗੇ ਸਾਰਾ ਕੁਛ, ਮਨ ਦਾ ਖੇਲ ਰੱਖੂਗਾ, ਅਸੀਂ ਜਪ ਪੌੜੀਆਂ ਚਲਾਂਗੇ ਤੇ ਅਸੀਂ ਸੁਖ ਸੁਖ ਆਪਣੇ ਘਰ ਚ ਜਾਵਾਂਗੇ। ਉੱਥੇ ਜਾ ਦੁਖੀ ਆ ਜਾਂ ਉੱਥੇ ਕੋਈ ਗੁੱਸੇ ਹੁੰਦਾ? ਕੋਈ ਨੀ ਗੁੱਸੇ ਹੁੰਦਾ। ਤਾਂ ਸਾਨੂੰ ਗੁਰਬਾਣੀ ਗੁਰੂ ਕਹਿੰਦੇ ਆ, ਪਈ ਪ੍ਰਾਪਤ ਮੰਗਦੇ ਵਧੀਆ, ਗੋਬਦ ਮੰਨ ਕੇ ਤੇਰੇ ਵਧੀਆ, ਅਵਰ ਕਾਰ ਤੇਰੇ ਕਿਤੇ ਨਾ ਕਾਮ, ਵਿਸ਼ਾਲ ਸੰਗਤ ਭਜ ਕੇਵਲ ਨਾਮ। ਸਤਿ ਬਚਨ। ਤੇ ਨਾਮ ਕਿੱਦਾਂ ਜਪਣਾ ਆ? ਮੈਂ ਤੁਹਾਨੂੰ ਹੁਣੇ ਸਿਖਾਉਣੀ ਆ। ਵਾਹਿਗੁਰੂ।